ਆ ਚੁੱਕਿਆ ਇੱਥੇ ਕੋਲੇ ਮੇਰੇ ਆਈ ਅੱਤਵਾਦੀ ਹੈ ਨਾ ਪਹਿਲਾਂ ਮੈਂ ਫੇਰ ਨਹੀਂ ਸਾਡਾ ਵੀ ਖੁੱਦ ਦਾ ਨਹੀਂ ਆ ਸੱਤਾ ਨਾਲ ਨਿੰਦਾ ਕਰਦੀ ਆ ਹਾਂਜੀ ਮੈਡਮ ਜੀ ਉਹ ਆਪਦੇ ਚੈਨਲ ਆ ਜੀ ਤੁਹਾਡੇ ਚੈਨਲ ਆ ਜੀ ਹੋਰ ਕੋਈ ਨਹੀਂ ਹੁੰਦਾ ਜੀ ਮੈਂ ਆਪਦੇ ਚੈਨਲ ਜਾਂਦੀ ਆ ਜੀ ਕੋਈ ਬੰਦਾ ਇੱਥੇ ਨਹੀਂ ਕਰਦਾ ਦੱਸੋ ਗੱਲ ਵੀ ਸਾਲੇ ਮੇਰੇ ਘਰ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਉੱਥੇ ਹੀ ਹਾਂ ਜੀ ਤੁਸੀਂ ਉੱਥੇ ਆਓ ਸਵਾਗਤ ਕਰੋ ਚਾਹ ਪਾਣੀ ਤੁਹਾਨੂੰ ਕਹੀਏ ਵੀ ਵਾਕਈ ਤੁਸੀਂ ਦੇ ਪਰ ਤੁਸੀਂ ਤੇ ਗਾਇਬ ਜੀ ਉੱਥੋਂ ਦੱਸੋ ਸਹੀ ਨਾ ਫਿਰ ਕੇਂਦਰ ਖਿਲਾਫ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਬੀਜੇਪੀ ਲੀਡਰਾਂ ਦੇ ਘਰੋ ਦਾ ਵੀ ਸਿਲਸਿਲਾ ਲਗਾਤਾਰ ਜਾਰੀ ਹੈ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਹਰਿਆਣਾ ਦੇ ਸਿਰਸਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿਸਾਨਾਂ ਵੱਲੋਂ ਬੀਜੇਪੀ ਦੇ ਸੰਸਦ ਮੈਂਬਰ ਦੀ ਗੱਡੀ ਨੂੰ ਘੇਰ ਲਿਆ ਜਾਂਦਾ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਜਿਹੜੇ ਵੀ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਆਪਣਾ ਸਾਰੀ ਬਣਾ ਪਹਿਲੀ ਬਾਤ ਤੋਂ ਜੀ ਜੋ ਮੈਂ ਅੱਤਵਾਦੀ ਲਕਸ਼ਮੀ ਬੋਲ ਰਹੇ ਹਾਂ ਉਹ ਮੰਤਰੀ ਗੱਲ ਵੀ ਸੁਣੋ ਇੱਕ ਬੰਦਾ ਗੱਲ ਹੋਰ ਕੋਈ ਨਹੀਂ ਹੁੰਦਾ ਜੀ ਤੁਹਾਨੂੰ ਕਹੀਏ ਵੀ ਵਾਕਈ ਤੁਸੀਂ ਗਏ ਪਰ ਤੁਸੀਂ ਤੇ ਗਾਇਬ ਜੀ ਉੱਥੋਂ ਦੱਸੋ ਸਹੀ ਨਾ ਫਿਰ ਤੁਸੀਂ ਪਿੰਡ ਚ ਆਉਂਦੇ ਜੇ ਕਰਕੇ ਸਾਨੂੰ
ਕਿਸਾਨ ਹੋਊਗਾ ਸਾਡੇ ਕਿਸਾਨ ਵੀ ਨਹੀਂ ਜਿੰਦਾਬਾਦ ਬਸ ਇੱਕ ਮਿੰਟ ਹੱਕ ਓਏ ਵੀਰੋ ਜਿਹੜੀ ਗੱਲ ਉਹ ਕਰਨ ਦਾ ਸਰਨ ਓਏ ਗੱਲ ਸੁਣੋ ਯਾਰ ਸ਼ਾਂਤੀ ਕਰਾ ਸ਼ਾਂਤੀ ਰੱਖੋ ਤੁਹਾਨੂੰ ਅਸੀਂ ਮਾਰ ਲੱਗੇ ਕੁਝ ਨਹੀਂ ਕਰ ਲੱਗੇ ਤੁਸੀਂ ਓਏ ਖੜੇ ਗੱਲ ਸੁਣੋ ਸਾਡੇ ਵੀ ਭੈਣਾਂ ਇਹ ਹੁੰਦੇ ਤੁਸੀਂ ਜੋਰ ਰਸਤੇ ਨਾਲ ਨਹੀਂ ਆ ਰਹੇ ਜੀ ਤੁਸੀਂ ਸ਼ਾਹ ਗੰਡੇ ਕਦੇ ਗਾਹ ਕਰਦੇ ਸਿੱਧੇ ਆਉਂਦੇ ਤਾਂ ਨਾ ਸਿੱਧੀ ਗੱਲ ਕਰਦੇ ਆ ਤੁਹਾਨੂੰ ਤੁਸੀਂ ਸਾਡੇ ਤੋਂ ਭੱਜਣ ਦੇ ਇੱਥੇ ਹੀ ਵਸ ਨਹੀਂ ਕਿਸਾਨਾਂ ਨੇ ਬੀਜੇਪੀ ਲੀਡਰ ਤੋਂ ਅਸਤੀਫੇ ਦੀ ਮੰਗ ਵੀ ਕੀਤੀ। ਕਿਸਾਨਾਂ ਦਾ ਕਹਿਣਾ ਕਿ ਸਾਨੂੰ ਬਹੁਤ ਮਾਣ ਹੋਵੇਗਾ ਜੇਕਰ ਤੁਸੀਂ ਕਿਸਾਨਾਂ ਲਈ ਪਾਰਟੀ ਛੱਡ ਦੇਵੋਗੇ। ਵੀਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।